ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਤੁਹਾਡਾ ਆਪਣਾ ਰਾਜਾ ਹੀਰਾ ਸਵਾਜ ਸੀ ਝਬਾਲ ਦੇ ਕ੍ਰਿਕਟ ਕੱਪ ਦੇ ਉੱਪਰ ਪਹੁੰਚੇ ਹੋਏ ਜੀ। ਆਲ ਓਪਨ ਦਾ ਬਹੁਤ ਹੀ ਵਧੀਆ ਖੇਡ ਮੇਲਾ ਚੱਲ ਰਿਹਾ। ਸੋ ਸਾਡੇ ਪ੍ਰਬੰਧਕ ਵੀਰ, ਦਰਸ਼ਕ ਵੀਰ ਬੈਠ ਕੇ ਆਨੰਦ ਮਾਣ ਰਹੇ। ਲਾਈਟ ਭੱਜੀ ਹੋਈ ਆ, ਕਮੈਂਟਰੀ ਥੋੜ੍ਹੀ ਬੰਦ ਆ ਜੀ, ਜਦ ਤੱਕ ਅਸੀਂ ਸੋਚਿਆ ਸੀ ਵਲੌਗ ਬਣਾ ਲਈਏ। ਸੁਧਾਰਨਪੁਰ ਦਾ ਮੈਚ ਮਾਸਟਰ ਕਲੱਬ ਮਜੀਠੇ ਦੇ ਨਾਲ ਖੇਡਿਆ ਜਾ ਰਿਹਾ ਜੀ। ਸਾਡੇ ਭਰਾ ਬੈਠੇ ਆ, ਸਹਿਯੋਗੀ ਸੱਜਣ ਯਾਰੀਆਂ ਦੋਸਤੀਆਂ ਜਿਨ੍ਹਾਂ ਦੀਆਂ ਹੈਗੀਆਂ। ਸੋ ਭਰਾ ਸੱਦੇ ਪੱਤਰ ਦੇ ਉੱਪਰ ਪਹੁੰਚੇ ਹੋਏ ਆ, ਕਿਆ ਬਾਤ ਹੈ, ਰੌਣਕ ਮੇਲਾ ਫੁੱਲ ਆ ਜੀ। ਸੋ ਇੱਧਰਲੇ ਪਾਸੇ ਤੁਹਾਨੂੰ ਦਿਖਾ ਦਈਏ ਵੀ ਸੁਧਾਰਨਪੁਰ ਦਾ ਖੇਡ ਕਲੱਬ ਜਿਹੜਾ ਬਹੁਤ ਹੀ ਵਧੀਆ ਵਧੀਆ ਖਿਡਾਰੀ ਇਸੇ ਕਲੱਬ ਦੇ ਵਿੱਚ ਖੇਡਦੇ ਆ। ਬਠਿੰਡੇ ਵਾਲਾ ਡਾਕਟਰ ਨਾਲ ਭਾਜੇ ਸਾਡੇ ਪਿੱਛਾਂ ਵਾਲੇ, ਕਿਆ ਬਾਤ ਹੈ। ਅਤੇ ਧੁੰਨਾ ਲੁਧਿਆਣਾ ਕਰਨ ਅੰਬਾਲਾ ਕਿੱਦਾਂ ਮਿਹਨਤ ਦੇ ਨਾਲ ਗੁੱਡੀ ਚੜ੍ਹਦੀ, ਇਹ ਦੱਸਿਆ ਕਰਨ ਅੰਬਾਲੇ ਨੇ। ਸੁਧਾਰਨਪੁਰ ਹੀ ਆ ਭਾਊ, ਹਮੇਸ਼ਾ ਵੱਡੀ ਟੀਮ ਬਣਾ ਕੇ ਲੈ ਕੇ ਆਉਂਦਾ ਜੀ। ਇਹ ਭਰਾ ਦਾ ਵੀ ਧੰਨਵਾਦ ਆ, ਪ੍ਰਵੀਨ ਰੈਂਥਲ, 5-5 ਲੱਖ ਦੀਆਂ ਐਂਟਰੀਆਂ ਲਾਉਣ ਵਾਲਾ ਉਹ ਬਾਲਰ ਜਿੱਤੇ ਦੁਨੀਆ ਮਾਣ ਕਰਦੀ ਹੈ। ਸੋ ਅਮਿਤ ਝਾਂਜ, ਹੋਰ ਵੀ ਬਹੁਤ ਸਾਰੇ ਖਿਡਾਰੀ ਇਸੇ ਕਲੱਬ ਦੇ ਵਿੱਚ ਖੇਡਦੇ ਆ ਜੀ, ਕਿਆ ਬਾਤ ਹੈ। ਇਹ ਸਾਡੇ ਮਾਂਡੀ ਵਾਲੇ ਡੈਨੀ ਨਾਲ ਮਿੱਤ ਬਾਈ, ਇਹ ਵੀ ਆਨੰਦ ਮਾਣਦੇ, ਬਹੁਤ ਤਕੜੀ ਟੀਮ ਬਣਾਈ ਆ ਜੀ। ਸੋ ਤੁਹਾਨੂੰ ਇੱਧਰ ਵੀ ਦਿਖਾ ਦਈਏ, ਹਰਮਨ ਧੂਰੀ ਅਤੇ ਨਾਲ ਕਾਕਾ ਰਾਮਪੁਰਾ ਹਲੇ ਬੈਟਿੰਗ ਕਰ ਰਿਹਾ ਜੀ, ਅਤੇ ਮੰਡ ਵਾਲਾ ਗੋਪੀ ਮਗਰਲੇ ਪਾਸੇ ਖੜ੍ਹਾ। ਮਾਸਟਰ ਕਲੱਬ ਮਜੀਠੇ ਦੇ ਨਾਲ ਮੁਕਾਬਲਾ ਖੇਡਿਆ ਜਾ ਰਿਹਾ ਜੀ। ਟੌਪ ਟੌਪ ਦੇ ਖਿਡਾਰੀ ਜਿਹੜੇ ਖੇਡਦੇ ਨਜ਼ਰ ਆਉਂਦੇ ਆ, ਦੇਖਦੇ ਹਾਂ ਜੀ ਅੱਜ ਝਬਾਲ ਦਾ ਆਲ ਓਪਨ ਦਾ ਖੇਡ ਮੇਲਾ ਕੌਣ ਜਿੱਤੂਗਾ, ਕਿਹੜੇ ਕਿਹੜੇ ਖਿਡਾਰੀ ਆਏ, ਅਸੀਂ ਜ਼ਰੂਰ ਸਾਰਿਆਂ ਦਾ ਵੇਰਵਾ ਪਾਵਾਂਗੇ ਜੀ। ਜੁੜੇ ਰਹੋ ਰਾਜਾ ਹੀਰਾਂ ਦੇ ਚੈਨਲ ਨਾਲ। ਕੋਨਾ ਸ਼ਕੂਰ ਵੀ ਪਹੁੰਚਿਆ ਅੱਜ ਦੇ ਖੇਡ ਮੇਲੇ ਦੇ ਉੱਪਰ, ਕਿਆ ਬਾਤ ਹੈ। ਹਮੇਸ਼ਾ ਟੱਚ 'ਚ ਰਹਿੰਦਾ ਭਰਾ ਸਾਡਾ ਸ਼ਕੂਰ ਵਾਲਾ ਕੋਨਾ, ਕਿਆ ਬਾਤ ਹੈ ਜੀ। ਬਹੁਤ ਭਰਾ ਪਹੁੰਚੇ ਹੋਏ ਜੀ, ਤੇ ਬਹੁਤ ਵੱਡੀ ਰੌਣਕ ਲੱਗੀ ਹੋਈ ਆ ਮਾਝੇ ਦੇ ਵਿੱਚ, ਮਾਝੇ ਦਾ ਖੇਡ ਮੇਲਾ ਤੇ ਦੁਨੀਆ ਆਨੰਦ ਮਾਣਦੀ ਹੋਈ। ਆਹ ਟਰਾਫੀਆਂ ਦਿੱਤੀਆਂ ਜਾਣਗੀਆਂ ਜੀ ਅੱਜ ਦੇ ਕੱਪ ਦੇ ਉੱਪਰ, ਜਿਹੜੇ ਬੈਸਟ ਜਾਣਗੇ ਖਿਡਾਰੀ। ਇੱਧਰ ਸਾਊਂਡ ਆ, ਗਰਮੀ ਬਹੁਤ ਜ਼ਿਆਦਾ ਜੀ, ਜੁੜੇ ਰਹੋ। ਲਓ ਜੀ ਉੱਧਰ ਨਵ ਢਿੱਲੋਂ ਦੇ ਯਾਰ ਦੋਸਤ ਮੇਰੇ ਪੰਜਾਬੀ ਵੀਰ, ਉਹਨਾਂ ਦੇ ਮਾਨ ਸਨਮਾਨ ਅੱਜ ਦੇ ਟੂਰਨਾਮੈਂਟ ਦੇ ਉੱਪਰ ਕੀਤੇ ਜਾ ਰਹੇ ਆ ਜੀ, ਕਿਆ ਬਾਤ ਹੈ। ਬਹੁਤ ਵਧੀਆ ਖੇਡ ਮੇਲਾ ਸਾਡੇ ਭਰਾਵਾਂ ਨੇ ਕਰਵਾ ਦਿੱਤਾ ਜੀ, ਤੇ ਉਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਜਿਹੜਾ ਥੋੜੇ ਸਮੇਂ ਦੇ ਵਿੱਚ ਸਟਾਰਟ ਹੋ ਗਿਆ, ਵੱਡੇ ਮਾਨ ਸਨਮਾਨ ਭਰਾਵਾਂ ਦੇ ਕੀਤੇ ਜਾ ਰਹੇ ਆ, ਕਿਆ ਬਾਤ ਹੈ। ਫਾਈਨਲ ਥੋੜੇ ਸਮੇਂ ਦੇ ਵਿੱਚ ਸਟਾਰਟ ਹੋਊਗਾ ਜੀ। ਲਓ ਜੀ ਸਾਡੇ ਦਰਮਿਆਨ ਅੱਜ ਦੇ ਟੂਰਨਾਮੈਂਟ ਦੇ ਉੱਪਰ ਸੁਧਾਰਨਪੁਰੀ ਆ ਭਾਊ ਵੀ ਕਹਿੰਦੇ ਪਹੁੰਚ ਚੁੱਕਿਆ ਹੈ, ਤੇ ਫਾਈਨਲ ਦੇ ਵਿੱਚ ਟੀਮ ਚੱਲ ਗਈ ਆ, ਮਾਝੇ ਦੇ ਵਿੱਚ ਆ ਕੇ ਖੇਡੇ ਹੋ, ਐਡੀ ਵੱਡੀ ਟੀਮ ਬਣਾਈ ਆ, ਬਾਊ ਜੀ ਕਿੱਦਾਂ ਲੱਗ ਰਿਹਾ? ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਧੰਨਵਾਦ, ਸਾਨੂੰ ਯਾਰ ਹਰੇਕ ਟੂਰਨਾਮੈਂਟ 'ਚ ਬਹੁਤ ਪਿਆਰ ਮਿਲਦਾ, ਇੱਥੇ 61,000 ਰੁਪਏ ਪ੍ਰਾਈਜ਼ ਆ ਯਾਰ, ਹੈ ਨਾ। ਜਿਵੇਂ ਦੀ ਟੀਮ ਬਣੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਛ, ਪੈਸੇ ਕੁਛ ਨਹੀਂ ਮੈਟਰ ਕਰਦੀ, ਕਈ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਹਫ਼ਤੇ 10 ਦਿਨਾਂ 'ਚ ਕਲੀਅਰ ਹੋ ਜਾਣਗੀਆਂ, ਵੀ ਜਿੱਤ ਜ਼ਿਆਦਾ ਜ਼ਰੂਰੀ ਸੀ ਇੱਥੇ, ਬਸ ਕੁਛ ਵੀ ਹੁਣ ਚੰਗਾ ਸੋਹਣਾ ਖੇਡੇ ਸਾਰੇ ਯਾਰ, ਮੈਚ ਵਧੀਆ ਲੱਗਿਆ, ਉਹਨਾਂ ਦੀ ਬੈਟਿੰਗ ਵਧੀਆ ਕਰੀ। 140 ਰਨ ਦਾ ਟਾਰਗੇਟ ਸੈੱਟ ਹੋਇਆ, ਤੇ ਕਿੱਦਾਂ ਦੀ ਸਟ੍ਰੈਟਜੀ ਬਣਾ ਕੇ ਲੈ ਕੇ ਆਏ ਹੋ, ਵੀ 140 ਰਨ ਸੀਗੇ 8 ਓਵਰ, ਉੱਥੇ 70-30 ਮੈਚ ਸੀਗਾ, 70% ਟੱਪਰੀ ਸੀ ਯਾਰ ਜੀ, ਅਸੀਂ ਇਹੀ ਕਿਹਾ ਵੀ ਮਾਰ ਕੇ ਖੇਡੋ। ਗੋਰਾ ਸਰਪੰਚ ਟਾਸਕ ਕਰਵਾ ਰਿਹਾ, ਗੋਰੇ ਭਾਜੀ ਕਿੱਦਾਂ ਲੱਗ ਰਿਹਾ? ਐਂਡ ਹੋ ਗਿਆ, ਕਿੰਨੀ ਖੁਸ਼ੀ ਮਿਲੀ ਇੰਨੇ ਜ਼ਿਆਦਾ ਪਲੇਅਰ ਅੱਜ ਮਾਝੇ ਦੇ ਵਿੱਚ ਖੇਡਿਆ? ਕਿਆ ਬਾਤ ਹੈ ਯਾਰ, ਕਿਆ ਬਾਤ ਹੈ, ਇਹ ਹੁੰਦਾ ਪਿਆਰ ਸਤਿਕਾਰ ਵੀਰੇ, ਖੇਡ ਤੋਂ ਦੂਰ ਹੋ ਕੇ, ਗਰਾਊਂਡਾਂ ਤੋਂ ਦੂਰ ਹੋ ਕੇ ਵੀ ਇੱਕ ਲਹਿਦਾ ਜ਼ਿੰਦਗੀ ਹੁੰਦੀ ਆ। ਢੋਲ ਵਾਲਾ ਵੀਰ ਹਲੇ ਬਾਈ ਫਾਈਨਲ
ਫਾਈਨਲ ਚੱਲਦਾ ਫਿਰ ਉਦੋਂ ਬਾਅਦ ਵਧਾਈ ਮਿਲੂ। ਮੁਗਲ ਭੋਗਪੁਰ ਫਾਈਨਲ ਦੇ ਵਿੱਚ ਪਹੁੰਚੇ ਹੋ ਜੀ, ਕੀ ਸਟ੍ਰੈਟਜੀ ਹੋਊਗੀ ਫਾਈਨਲ ਦੇ ਵਿੱਚ? ਛੇ ਕਰ ਲੋ ਹਨਾ, ਛੇ ਤਾਂ ਹੋਣਗੇ ਯਾਰ, ਛੇ ਤਾਂ ਕਰਾਉਣੇ ਹੀ ਪੈਣੇ ਆ। ਨਹੀਂ ਯਾਰ ਉਹ ਮੈਚ ਐਡਾ ਦਾ ਤਕੜਾ ਮੈਚ ਆ, ਕਿੰਨੇ ਓਵਰ ਹੋਣਗੇ ਲੈਮਨ? ਓਵਰ ਕਮੇਟੀ ਦੱਸੋ ਨਾਮ। 6 ਆ ਜੀ, 6 ਓਵਰਾਂ ਦੇ ਹੋ ਜਾਣਗੇ ਲੈਮਨ? 6 ਓਵਰਾਂ ਦਾ ਮੈਚ ਹੋ ਜੂਗਾ, ਖਿੱਚ ਕੇ ਕਰਾਉਣਾ ਪਊਗਾ ਜੀ। ਠੀਕ ਹੈ ਜੀ, ਠੀਕ ਹੈ ਨਾ ਬਟੇ ਲਓ, ਕਿਆ ਬਾਤ ਹੈ, 6 ਓਵਰਾਂ ਦਾ ਮੈਚ, ਜਿੰਨੇ ਰਹੇ ਤੁਸੀਂ ਜ਼ਿੰਮੇਵਾਰ ਹੋ ਜੀ, ਯਾਰ 5.5 ਹੋ ਜਾ, ਅਸੀਂ ਜ਼ਿੰਮੇਵਾਰ ਆ, ਮੈਂ ਜ਼ਿੰਮੇਵਾਰ ਹੋ ਜਾਣਾ 6 ਦਾ ਹੈਡ ਜੀ, ਹੈਡ ਆ ਗਿਆ ਜੀ, ਬੈਟਿੰਗ ਕਰੂਗਾ ਜੀ ਭਾਊ, ਤੇ ਕਰ ਲਓ ਜੀ ਬੋਲਿੰਗ ਫਿਰ, ਕੀ ਸਟ੍ਰੈਟਜੀ ਹੋ 6 ਓਵਰਾਂ 'ਚ? ਹਾਂ ਠੀਕ ਹੈ ਜੀ, ਓਕੇ ਥੈਂਕ ਯੂ। ਲਓ ਜੀ ਭਰਾ, ਸਾਡੇ ਫਾਈਨਲ ਖੇਡੂਗੀ ਜੀ ਸਾਈਂ ਕਲੱਬ ਹੁਸ਼ਿਆਰਪੁਰ ਤੇ ਸਧਾਰਨਪੁਰ ਕ੍ਰਿਕਟ ਕਲੱਬ। ਗੋਰੇ ਭਾਜੀ ਸੱਚ ਦੱਸਿਓ ਕਿੰਨਾ ਕੁ ਨਜ਼ਾਰਾ ਆਇਆ? ਬੋਲਾਂ ਵਾਲੀਆਂ ਲੱਗਦੀਆਂ, ਸਹੀ ਗੱਲ ਆ, ਬੋਲਾਂ ਦਾ ਬੋਰੇ ਲਿਆਉਣੇ ਪੈਣੇ ਅੱਗੇ ਤੋਂ 4-5। ਪਰ ਅੱਜ ਵਿਕਟ ਵੀ ਛੋਟੀ ਸੀਗੀ, ਫਿਰ ਵੀ ਬੈਟਸਮੈਨ ਤਕੜਾ ਖੇਡਿਆ, ਕਿਆ ਬਾਤ ਹੈ, ਸਹੀ ਗੱਲ ਹੈ। ਗੋਰਾ ਸਰਪੰਚ ਬਾਈ ਤੇ ਬਹੁਤ ਬਹੁਤ ਵਧੀਆ ਖੇਡ ਮੇਲਾ ਕਰਾਇਆ ਭਰਾਵਾਂ ਨੇ, ਕਿਆ ਬਾਤ ਹੈ। ਇੱਧਰ ਵੀਰ ਖੜੇ ਆ, ਸਾਰੀ ਮਿੱਤਰ ਮੰਡਲੀ ਪਹੁੰਚੀ ਹੋਈ ਆ ਅੱਜ ਦੇ ਟੂਰਨਾਮੈਂਟ ਦੇ ਉੱਪਰ, ਕਿਆ ਬਾਤ ਹੈ ਜੀ, ਕਿਆ ਬਾਤ, ਹਿਸਾਬ ਕਿਤਾਬ ਹੋ ਰਿਹਾ ਜੀ ਕਮੈਂਟਰਾਂ ਦੇ। ਰਾਜੂ ਪੈਸੇ ਲੈ ਰਹੇ ਹੋ? ਲਓ ਜੀ ਕੱਕਾ ਕੰਡਿਆਲੇ ਵਾਲੇ ਭਰਾ ਵੀ ਪਹੁੰਚੇ ਹੋਏ ਅੱਜ ਦੇ ਟੂਰਨਾਮੈਂਟ ਦੇ ਉੱਪਰ। ਭਾਜੀ ਕਿਵੇਂ ਲੱਗਿਆ ਟੂਰਨਾਮੈਂਟ ਅੱਜ ਦਾ ਜੀ, ਨਜ਼ਾਰਾ ਆਇਆ? ਕੰਡਿਆਲੇ ਵਾਲੇ ਭਰਾ ਆਏ ਆ ਜੀ ਅੱਜ ਦੇ ਟੂਰਨਾਮੈਂਟ ਦੇ ਉੱਪਰ, ਤੇ ਪੂਰਾ ਨਜ਼ਾਰਾ ਆਇਆ ਬਾਈ ਖਿਡਾਰੀਆਂ ਨੇ, ਕਿਆ ਬਾਤ ਹੈ, ਇਹ ਭਰਾ ਵੀ ਪਹੁੰਚੇ ਹੋਏ ਆ ਜੀ, ਕਿਆ ਬਾਤ ਹੈ। ਬਿਲਕੁਲ ਬਾਈਆਂ ਦਾ ਟੂਰਨਾਮੈਂਟ ਵੀ ਆ ਰਿਹਾ ਜੀ ਥੋੜੇ ਸਮੇਂ ਤੱਕ, ਤੇ ਸਾਰਿਆਂ ਨੂੰ ਸੱਦੇ ਪੱਤਰ ਲਾਏ ਜਾਣਗੇ, ਕਿਆ ਬਾਤ ਹੈ, ਠੀਕ ਹੈ ਭਾਜੀ, ਥੈਂਕ ਯੂ। ਲਓ ਜੀ ਸਾਡੇ ਦਰਮਿਆਨ ਧੂਰੀ ਵਾਲਾ ਹਰਮਨ ਬਾਈ ਜੀ, 140 ਰਨ ਦਾ ਟਾਰਗੇਟ ਸੀਗਾ, ਬਿਲਕੁਲ ਜੀ ਬਿਲਕੁਲ, ਤੇ ਕਿੰਨਾ ਕੁ ਪ੍ਰੈਸ਼ਰ ਸੀਗਾ ਤੁਹਾਡੇ ਉੱਪਰ ਓਪਨਿੰਗ ਕੀਤੀ ਆ, ਤੁਸੀਂ ਕੀ ਸੋਚ ਕੇ ਆਏ ਸੀਗੇ? ਜਦੋਂ ਬੈਟਿੰਗ ਤੇ ਜਾ ਰਹੇ ਸੀ ਵੀਰੇ ਭਾਊ, ਇੱਕੋ ਹੀ ਗੱਲ ਕਹੀ ਜਾਂਦਾ ਸੀ ਕਿ ਮੈਂ 5 ਤਰੀਕ ਨੂੰ ਚਲਾ ਜਾਣਾ ਲਾਸਟ ਟੂਰਨਾਮੈਂਟ ਆ ਹਰਮਨ, ਮੈਂ ਜਿੱਤਣਾ ਚਾਹੁੰਦਾ ਜਿੱਤਣਾ ਚਾਹੁੰਦਾ, ਤੇ ਮੈਨੂੰ ਵੀ ਭਰੋਸਾ ਸੀਗਾ ਮੈਂ ਵੀ ਭਾਊ ਤੇਰੀ ਬੋਲ ਤੇਰੇ ਬੋਲ ਵਗਾ ਦੇ ਬਾਈ ਨੇ, ਹਾਂ ਇਹ ਗੱਲ ਪੱਕੀ ਆ, ਪਰ ਵਧੀਆ ਲੱਗ ਰਿਹਾ ਇਕੱਠੇ। ਹਾਂ ਇਹ ਗੱਲ ਪੱਕੀ ਆ, ਜੇ ਧੂਰੀ ਵਾਲਾ ਨਾ ਆਵੇ ਘਰੇ ਵੀ ਆ ਜਾਂਦੇ ਲੈਣ, ਮੈਂ ਬਿਮਾਰ ਘਰੋਂ ਬਿਠਾਇਆ ਗੱਡੀ ਦੇ ਵਿੱਚ, ਹਾਂ ਇੱਧਰ ਯਾਰ ਕਿਆ ਬਾਤ ਹੈ, ਆਹ ਬਾਈ ਨੇ ਦੇਖ ਲਓ ਆਹ ਭਰਾ ਨੇ ਹਰਮਨ ਧੂਰੀ ਦਾ ਕਵਰ ਛਪਾਇਆ ਹੈ, ਉਸਤਾਦ ਜੀ ਮੰਨਦੇ ਆ, ਹਾਂ ਕਿਆ ਬਾਤ ਹੈ ਯਾਰ, ਕਿਆ ਬਾਤ ਹੈ, ਇਹ ਪਿਆਰ ਸਤਿਕਾਰ ਹੁੰਦਾ ਹਰ ਇੱਕ
ਇੱਕ ਵੀਰ ਦਾ ਕੋਈ ਨਾ ਕੋਈ ਖਿਡਾਰੀ ਰੋਲ ਮਾਡਲ ਹੁੰਦਾ ਹੈ। ਸੋ ਆਪ ਰਾਣੇ ਹਰਮਨ ਧੂਰੀ ਨੂੰ ਰੋਲ ਮਾਡਲ ਮੰਨਿਆ ਹੈ। ਕਿਆ ਬਾਤ ਹੈ ਜੀ, ਕਿਆ ਨਹੀਂ ਨਹੀਂ ਯਾਰ, ਵਧੀਆ, ਬਹੁਤ ਵਧੀਆ ਲੱਗਦਾ ਜਦੋਂ ਪਿਆਰ ਸਤਿਕਾਰ ਮਿਲਦਾ। ਤੇ ਫਾਈਨਲ ਖੇਡਣ ਲੱਗਿਆ ਜੀ, ਆਲ ਦਾ ਬੈਸਟ ਹੈ ਮੁੰਡੇ, ਕਿਆ ਬਾਤ ਹੈ। ਗਾਲਾਂ ਗੂਲਾਂ ਕੱਢੀਆਂ, ਪੂਰਾ ਇਹਨਾਂ ਨੂੰ ਮਚਾ ਕੇ ਘੱਲਿਆ ਤੇ ਬੰਦਿਆਂ ਨੇ ਧੂੰਆਂ ਕੱਢਤਾ। ਹੁਣ ਦੱਸ ਧਾਰਨ ਪਰ ਭਾਊ ਦਾ ਕਹਿੰਦਾ ਕੋਈ ਮੈਚ ਹਾਰ ਕੇ ਤੇ ਹੁਣ ਦੱਸ ਦੀ ਜਿੱਤੇ ਕਿ ਨਹੀਂ ਜਿੱਤੇ। ਝੋਨਾ ਸ਼ਕੂਰ ਵਾਲਾ ਵੀ ਪਹੁੰਚਿਆ ਹੈ, ਕਿਆ ਬਾਤ ਹੈ। ਕਿਆ ਨਾ ਢਿੱਲੋਂ, ਖੁਸ਼ੀ ਆ, ਕਿੰਨਾ ਕੁ ਨਜ਼ਾਰਾ ਆਇਆ ਅੱਜ, ਪਰ ਨਜ਼ਾਰਾ ਆ ਗਿਆ ਨਾ, ਕਿੰਨੇ ਵਧੀਆ ਮੈਚ ਹੋਇਆ ਬਈ। ਨਹੀਂ 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 ਭਰਾ ਨੇ ਬਹੁਤ ਮਿਹਨਤ ਕਰੀ ਆ ਯਾਰ, ਪਹਿਲਾਂ ਸੋਚੀ ਜਾਂਦਾ ਸੀ ਮੀਂਹ ਆਊਗਾ, ਅਸੀਂ ਵੀ ਕਹਿੰਦਾ ਸੀ ਮੀਂਹ ਆਊਗਾ, ਪਰ ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਮਿਹਰ ਆ ਜੀ, ਫਾਈਨਲ ਤੱਕ ਪਹੁੰਚਾ ਦਿੱਤਾ ਤੇ ਹੁਣ ਫਾਈਨਲ ਥੋੜੇ ਸਮੇਂ ਦੇ ਵਿੱਚ ਸਟਾਰਟ ਹੋਊਗਾ ਜੀ। ਲਓ ਜੀ, ਸਾਈ ਕਲੱਬ ਹੁਸ਼ਿਆਰਪੁਰ ਵਾਲੇ ਮੁੰਡੇ ਫਾਈਨਲ ਦੇ ਵਿੱਚ ਪਹੁੰਚ ਚੁੱਕੇ ਆ ਜੀ, ਖੇਡ ਗਰਾਊਂਡ ਦੇ ਅੰਦਰ ਤੁਹਾਨੂੰ ਦਿਖਾ ਦਈਏ ਟੀਮ। ਗੱਗੂ ਗਿੱਲ, ਕਿਆ ਬਾਤ ਹੈ ਜੀ, 9-11 ਜਿੰਨਾ ਕਹਿੰਦੇ ਕਦ ਜੱਟ ਦਾ, ਨਾਲ ਸਾਰੇ ਪਲੇਅਰ ਦੇਖੋ ਜੀ, ਸਾਰੀ ਟੀਮ ਆ। ਕੱਕੋ ਪਿੰਡ ਦਾ ਗੁਰੀ ਬਹੁਤ ਤਕੜਾ ਖੇਡਿਆ, ਨੀਸ਼ੂ ਨੂਰਪੁਰ ਬੇਦੀ ਵਾਲਾ ਦੋ ਸਾਹਿਬ, ਧੌਲੇ ਪਿੰਡ ਦਾ ਸੁੱਖੀ, ਕਿਆ ਬਾਤਾਂ ਨੇ ਸ਼ੋਰ ਦੀਆਂ। ਲਓ ਜੀ, ਸਾਡਾ ਭਰਾ ਵੀ ਪਹੁੰਚਿਆ ਹੈ, ਪਿਊਸ਼ ਪਠਾਨਕੋਟ, ਗੱਟੂ ਪਠਾਨਕੋਟ, ਬਰਮੀ ਦਾ ਜੋਤੀ, ਭੱਦਲਵੜ ਦੇ ਲਾਗੇ ਪਿੰਡ ਆ ਮੁੰਡੇ ਦਾ, ਮੁਗਲ ਭੋਗਪੁਰ, ਹੋਰ ਮੁਗਲ ਭਾਜੀ, 6 ਓਵਰ ਫੀਲਡਿੰਗ ਕੀ ਕਰੋਗੇ, ਕਿੰਨੇ ਦੇ ਰੋਕਣਾ ਚਾਹੋਗੇ? ਦੇਖੋ ਭਾਈ, ਜ਼ੋਰ ਤਾਂ ਲਾਓਗੇ, ਹੁਣ ਫਾਈਨਲ ਪਹੁੰਚੇ ਆ, ਇਹੋ ਸੋਚ ਲਿਆ ਵੀ 80-90 ਤੱਕ। ਠੀਕ ਆ, ਸਹੀ ਗੱਲ ਹੈ। ਲਓ ਜੀ, ਇਹ ਆ ਮੁਗਲ ਭੋਗਪੁਰ ਬਾਈ, ਸਾਈ ਕਲੱਬ ਨੂੰ ਸਪੋਰਟ ਕਰਦਾ ਹੈ, ਪ੍ਰਮੋਟ ਕਰਦਾ ਹੈ, ਬਹੁਤ ਬਹੁਤ ਧੰਨਵਾਦ ਹੈ। ਜੇਪੀ ਦੇ ਬੱਲੇ ਆ ਭਰਾ ਦੇ ਆ, ਇਹ ਜ਼ਰੂਰ ਸੰਪਰਕ ਬਣਾਓ ਬਾਈ ਨਾਲ, ਕਿਆ ਬਾਤ ਹੈ। ਲਓ ਜੀ, ਸਾਡੇ ਦਰਮਿਆਨ ਅਮਿਤ ਚਾਂਦ, ਕੈਸਾ ਲੱਗਿਆ ਬਾਈ ਅੱਜ ਦਾ ਟੂਰਨਾਮੈਂਟ? ਇੱਕ ਨੰਬਰ, ਆ ਫਾਈਨਲ 6 ਓਵਰ ਦਾ ਹੋਗਾ, ਕਿੰਨੇ ਰਨ ਬਣਾਓਗੇ? 100+ 100+ 140 ਦਾ ਟਾਰਗੇਟ ਆਪਕੋ ਲਗਤਾ ਥਾ ਬਣਾਏਗੇ ਹਮਾਰੇ ਲੋਕ, ਲਓ ਜੀ ਗੁਰਪ੍ਰੀਤ ਭਰਾ ਬੈਰੀ ਦੀਆਂ ਸੇਵਾਵਾਂ ਦੇ ਰਿਹਾ, ਕਿਆ ਬਾਤ ਹੈ। ਇਹ ਗੁਰਪ੍ਰੀਤ ਭਰਾ ਸਾਡਾ ਮਖੂ ਪਿੰਡ ਤੋਂ, ਜਿਹੜੇ ਭਰਾਵਾਂ ਨੇ ਬੈਰੀ ਦੀ ਸੇਵਾਵਾਂ ਲੈਣੀਆਂ ਬਾਈ ਨਾਲ ਸੰਪਰਕ ਬਣਾਓ ਬਾਈ, ਐਕਸ਼ਨ ਤਾਂ ਕਰਦੇ ਕੋਈ। ਕਿਆ ਬਾਤ ਹੈ, ਕਿਆ ਬਾਤ ਹੈ। ਲਓ ਜੀ, ਬਹੁਤ ਮਿਹਨਤ ਕਰਦੇ ਆ ਭਰਾ, ਜ਼ਰੂਰ ਆਪਣੇ ਟੂਰਨਾਮੈਂਟਾਂ ਦੇ ਮੌਕਾ ਦਿਓ ਬਾਈਆਂ ਨੂੰ। ਤੇ ਹੋਰ ਭਾਜੀ, ਮਖੂ ਵਾਲੇ ਭਰਾ ਗੁਰਪ੍ਰੀਤ ਨੂੰ ਨੰਬਰ ਲੈ ਕੇ ਆ ਬਾਈ ਨੂੰ, ਵੱਧ ਤੋਂ ਵੱਧ ਆਪਣੇ ਟੂਰਨਾਮੈਂਟਾਂ ਦੇ ਬੁਲਾਓ ਜੀ, ਬਹੁਤ ਵਧੀਆ ਅੰਪਾਇਰਿੰਗ ਕਰਦਾ, ਨਾਲ ਨਾਲ ਐਂਟਰਟੇਨਮੈਂਟ ਵੀ ਕਰਦਾ, ਕਿਆ ਬਾਤ ਹੈ। ਚਿੜੀ ਬਾਈ, ਇੰਨੀਆਂ ਬਾਲਾਂ ਕੀ ਕਰਨੀਆਂ ਭਾਜੀ, ਘਸਾ ਕੇ ਕੇ ਚਾਲ ਕੇ ਚਾਲ ਕੇ ਘਸਾ ਕੇ ਘਸਾ ਕੇ, ਕਿਆ ਬਾਤ ਹੈ। ਲਓ ਜੀ, ਨੀਸ਼ੂ ਨੂਰਪੁਰ ਬੇਦੀ ਵਾਲਾ, ਪਹਿਲਾ ਓਵਰ ਮਿਲ ਰਿਹਾ ਜੀ ਅੱਜ,
ਤੇ ਕੀ ਸੋਚ ਕੇ ਬਾਲ ਪਾਉਂਦੇ ਹੋ ਪਹਿਲੇ ਹੀ ਨਹੀਂ ਆਊਟ ਕਰਨ ਦੇ ਜਾਂਦੇ ਹੋ ਕਿ ਰਨ ਰੋਕਣੇ ਆ ਛੇ ਬੋਲਾਂ ਬਾਣੀਆਂ ਦੋ ਚੀਜ਼ਾਂ ਸੋਚਣੇ ਪੈਂਦੀਆਂ ਬਾਲ ਫੜੇ ਦਿਮਾਗ ਆਹ ਲੋਪਨ ਦੇ ਮੁਕਾਬਲੇ ਬਾਈ ਨੂੰ ਐਂ ਹੁੰਦਾ ਵੀ ਕਿਤੇ ਡਾਊਟ ਹੋ ਜਾਣ ਤੇ ਆਪੇ ਵਿਕਟ ਦੇ ਚਾਂਸ ਬਣ ਜਾਂਦੇ ਆ ਕੀ ਬਾਤ ਹੈ ਫਾਈਨਲ ਸਟਾਰਟ ਹੋਣ ਜਾ ਰਿਹਾ ਜੀ ਦੇਖੋ ਕੌਣ ਜਿੱਤਦਾ ਅੱਜ ਦਾ ਖੇਡ ਮੇਲਾ ਲਓ ਜੀ ਦੀਪੂ ਹੁਸ਼ਿਆਰਪੁਰ ਕੀ ਬਾਤ ਹੈ ਕਿਵੇਂ ਲੱਗ ਰਿਹਾ ਜੀ ਫਾਈਨਲ ਦੇ ਵਿੱਚ ਖੇਡ ਰਹੇ ਮੁੰਡੇ ਗੱਟੂ ਪਠਾਨਕੋਟ ਪਿਊਸ਼ ਪਠਾਨਕੋਟ ਬਾਰੇ ਕੀ ਕਹੋਗੇ ਵਧੀਆ ਪਲੇਅਰ ਆ ਦੋਨੋਂ ਜ਼ੋਰ ਲਾਉਂਦੇ ਆ ਗੱਟੂ ਬਾਲਾ ਜ਼ਿਆਦਾ ਲਾ ਰਿਹਾ ਨਾ ਬਾਬਾ ਪਾਣੀ ਦੀ ਸੇਵਾ ਕਰ ਰਿਹਾ ਬਾਬਾ ਜੀ ਪਾਣੀ ਪਿਆ ਦਿਓ ਕੀ ਸਟ੍ਰੈਟਜੀ ਹੈ 6 ਓਵਰ ਚ 6 ਓਵਰ ਰੋਕਾਂਗੇ 70 80 ਰਨ ਤੱਕ ਜੇ 100 ਬਣ ਗਿਆ ਫੇਰ ਨਹੀਂ ਫੇਰ ਖੇਡਾਂਗੇ ਦਮਣਾ ਖੇਡਾਂਗੇ ਲਓ ਜੀ ਕੀ ਬਾਤ ਜੁੜੇ ਰਹੋ ਲਓ ਜੀ ਸਾਡੇ ਦਰਮਿਆਨ ਪ੍ਰਵੀਨ ਰੈਂਥਲ ਵੀ ਭਾਜੀ ਕਿਵੇਂ ਲੱਗਿਆ ਟੂਰਨਾਮੈਂਟ ਅੱਜ ਦਾ ਸੁਨੀਲ ਦਨੋਦਾ ਸਿਰਾ ਹੋਇਆ ਪਿਆ 140 ਦਾ ਟਾਰਗੇਟ ਸੀਗਾ ਕੀ ਲੱਗਦਾ ਸੀਗਾ ਮੁੰਡੇ ਬਣਾਉਣਗੇ ਕਿ ਨਹੀਂ ਪ੍ਰਵੀਨ ਹੋਰ ਭਾਜੀ ਤੁਹਾਡੀ ਕੀ ਸੋਚ ਹੁੰਦੀ ਹੈ ਜਦੋਂ ਬੋਲ ਕਰਦੇ ਹੋ ਡੋਟ ਕਰਾਉਣੀ ਹੈ ਠੀਕ ਹੈ ਠੀਕ ਹੈ ਤੇ ਕਿੰਨਾ ਕੁ ਵਧੀਆ ਲੱਗਿਆ ਦੂਰੀ ਕਿੰਨੀ ਕੁ ਬਣੀ ਅੱਜ 350 ਕਿਆ ਬਾਤ ਹੈ ਬੜੀ ਦੂਰੋਂ ਆਏ ਹੋ ਭਾਜੀ ਤੁਸੀਂ ਤੇ ਘਰੇ ਹੁਣ ਕੱਲ੍ਹ ਨੂੰ ਹੀ ਜਾਓਗੇ ਠੀਕ ਹੈ ਭਾਜੀ ਬਹੁਤ ਵਧੀਆ ਇਨਸਾਨ ਹੈ ਯਾਰ ਇੱਧਰ ਸੁਨੀਲ ਭਰਾ ਦਨੋਦੇ ਵਾਲਾ ਕਿਆ ਬਾਤ ਹੈ ਬਹੁਤ ਦੂਰੋਂ ਮੁੰਡੇ ਚੱਲ ਕੇ ਆਏ ਆ ਜੀ ਫਾਈਨਲ ਚੱਲ ਰਿਹਾ ਦੇਖਦੇ ਹਾਂ ਕੌਣ ਜਿੱਤੂਗਾ ਕੌਣ ਜਿੱਤੂਗਾ ਲੈਵਲ ਕੌਣ ਜਿੱਤੂ ਜਿਹੜਾ ਹੁਣ ਵਧੀਆ ਖੇਡ ਗਿਆ ਵਧੀਆ ਮੈਚ ਕਿਆ ਬਾਤ ਹੈ ਜੁੜੇ ਰਹੋ ਜੀ ਕਾਸਕੋ ਕ੍ਰਿਕਟ ਸੰਗਰੂਰ ਦੇ ਜ਼ਰੀਏ ਤੇ ਗੱਲਾਂ ਬਾਤਾਂ ਹੋਣਗੀਆਂ ਹਰਮਨ ਬੱਲੇ ਬੱਲੇ ਕਰਾਉਂਦਾ ਹੈ ਲਓ ਜੀ ਅੱਜ ਦੇ ਟੂਰਨਾਮੈਂਟ ਦੇ ਉੱਪਰ ਮਾਝੇ ਵਾਲੇ ਭਰਾ ਵੀ ਆਨੰਦ ਮਾਣਦੇ ਹੋਏ ਟੂਰਨਾਮੈਂਟ ਦਾ ਕਿਆ ਬਾਤ ਹੈ ਵੱਡੀ ਤਾਦਾਦ ਦੇ ਵਿੱਚ ਦਰਸ਼ਕ ਵੀਰ ਪਹੁੰਚੇ ਆ ਜੀ ਤੇ ਦਰਸ਼ਕ ਵੀਰ ਅੱਜ ਦੇ ਖੇਡ ਮੇਲੇ ਦਾ ਆਨੰਦ ਮਾਣ ਰਹੇ ਆ ਇੱਧਰ ਵੀ ਭਰਾ ਬੈਠੇ ਨੇ ਇੱਧਰ ਵੀ ਬੈਠੇ ਆ ਤੇ ਇੱਧਰ ਵੀ ਬੈਠੇ ਆ ਪਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਤਾਦਾਦ ਦੇ ਵਿੱਚ ਦਰਸ਼ਕ ਵੀਰ ਬੈਠੇ ਆ ਆਨੰਦ ਮਾਣਦੇ ਹੋਏ ਅੱਜ ਦੇ ਖੇਡ ਮੇਲੇ ਦਾ ਕਿਆ ਬਾਤ ਹੈ ਇੱਧਰ ਵੀ ਬਹੁਤ ਦੁਨੀਆ ਪਹੁੰਚੀ ਹੈ ਜੀ ਨਵ ਢੱਲੋ ਝਬਾਲ ਦੇ ਪਿੰਡ ਤੇ ਸਿਰੇ ਦਾ ਖੇਡ ਮੇਲਾ ਹੋ ਗਿਆ ਜੀ ਕਿਆ ਬਾਤ ਹੈ ਕੌਣ ਜਿੱਤੂਗਾ ਫਾਈਨਲ ਰਿਜ਼ਲਟ ਤੁਹਾਨੂੰ ਜ਼ਰੂਰ ਦੱਸਾਂਗੇ ਲਓ ਜੀ ਗੱਟੂ ਪਠਾਨਕੋਟ ਦੁਨੀਆ ਦਾ ਮਹਾਨ ਖਿਡਾਰੀ ਭਾਜੀ ਅੱਜ ਬਹੁਤ ਜ਼ਿਆਦਾ ਹਾਈਪਰ ਹੋ ਕੇ ਖੇਡੇ ਹੋ ਉਹਦਾ ਕਾਰਨ ਕੀ ਹੈ ਕਾਫੀ ਟਾਈਮ ਹੋ ਗਿਆ ਜੀ ਤਕਰੀਬ ਸਾਰਿਆਂ ਨੇ ਮੁੰਡਿਆਂ ਜ਼ੋਰ ਲਾਇਆ ਬਸ ਉਹ ਮੈਚ ਤੁਹਾਨੂੰ ਪਤਾ ਚੱਲਦੇ ਹਾਂ ਵਧੀਆ ਲੱਗਦਾ ਐਕਸ਼ਨ ਕਰਨਾ ਜਾਂ ਅਗਰੈਸਿਵ ਹੁੰਦੇ ਆ ਕੰਟਰੋਲ ਨਹੀਂ ਹੁੰਦੇ ਕਈ ਵਾਰੀ ਹਾਂ ਇਹ ਵੀ ਗੱਲ ਸਹੀ ਹੈ ਹਾਂ ਬਿਲਕੁਲ ਬਿਲਕੁਲ ਜੀ ਕੋਈ ਲੜਾਈ ਝਗੜਾ ਨਹੀਂ ਵਧੀਆ ਸੋਚ ਆ ਭਰਾ ਦੀ ਐਕਸ਼ਨ ਕਰੋ ਪਰ ਆਪਦੇ ਆਪ ਕਰੋ ਹਾਂ ਰੋਜ਼ ਮੈਚ ਖੇਡਣੇ ਆ ਸੋ ਵਧੀਆ ਲੋਕਾਂ ਦੇ ਐਂਟਰਟੇਨਮੈਂਟ ਲਈ ਐਕਸ਼ਨ ਹੋਣੇ ਚਾਹੀਦੇ ਗੱਟੂ ਪਠਾਨਕੋਟ ਦੁਨੀਆ ਦਾ ਮਹਾਨ ਖਿਡਾਰੀ
ਇਤਨਾ ਕਿਹਾ ਨਹੀਂ ਹੋਣਾ ਸੀ ਇੱਕ ਕਰਾਰ ਨਹੀਂ ਹੋਣਾ ਸੀ ਅੰਪਾਇਰਾਂ ਨੂੰ ਸਮਝਾਉਣਾ ਪੈਣਾ ਠੀਕ ਆ ਨਵ ਲਓ ਜੀ ਭਰਾ ਨੂੰ ਬਿਮਾਰਕਾਂ ਨੇ ਵਧੀਆ ਮੇਲਾ ਕਰਾਤਾ ਅਗਲੇ ਸਾਲ ਵੀ ਦੇਖਾਂਗੇ ਹੁਣ ਕੋਈ ਗੱਲ ਨੀ ਹਾਂ ਆਲੂ ਪਨੀ ਕਰਾਉਣਾ ਕਿਆ ਬਾਤ ਹੈ ਲਓ ਜੀ ਆਪਣੇ ਭਰਾ ਅੱਜ ਦੇ ਟੂਰਨਾਮੈਂਟ ਦੇ ਉੱਪਰ ਪਹੁੰਚ ਚੁੱਕੇ ਆ ਭਰਾ ਸਾਡੇ ਲੇਟ ਪਹੁੰਚੇ ਆ ਤੇ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਕਿਆ ਬਾਤ ਆ ਸਾਡੇ ਚੀਫ ਗੈਸਟ ਅੱਜ ਦੇ ਟੂਰਨਾਮੈਂਟ ਦੇ ਉੱਪਰ ਇਨਾਮਾਂ ਦੀ ਵੰਡ ਕਰਨਗੇ ਜੀ ਇੱਧਰਲੇ ਪਾਸੇ ਟਰਾਫੀਆਂ ਦਿੱਤੀਆਂ ਜਾਣਗੀਆਂ ਹੋਰ ਭਾਈ ਨਜ਼ਾਰਾ ਆਇਆ ਨਜ਼ਾਰਾ ਜ਼ਰੂਰ ਖੁਸ਼ ਹੋ ਗਈ ਕਿਆ ਬਾਤ ਹੈ ਜੀ ਕਿਆ ਬਾਤ ਹੈ ਕਿਆ ਬਾਤ ਹੈ ਹੋਰ ਮਨੀ ਬਾਈ ਬਾਲੇ ਚੰਗੇ ਪਲੇਅਰ ਆਏ ਬਾਈ ਸਵਾਦ ਆ ਗਿਆ ਇਹਦੇ ਕੰਮ ਹਾਂ ਸਹੀ ਗੱਲ ਆ ਹਾਲੇ ਵੀ ਦੁਨੀਆ ਬੈਠੀ ਆ ਜੀ ਕਿਆ ਬਾਤ ਹੈ ਚੰਗੇ ਹੋਏ ਆ ਲਓ ਬਾਈ ਜੀ ਅੱਜ ਦੇ ਟੂਰਨਾਮੈਂਟ ਦੀ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਆ ਜੀ ਮੀਰੀ ਵੀਰੇ ਸਪੋਰਟਸ ਕਲੱਬ ਸਿਧਾਰਨਪੁਰ ਭਾਊ ਦੀ ਟੀਮ ਜਿਹੜੀ ਅੱਜ ਦੇ ਟੂਰਨਾਮੈਂਟ ਦੇ ਉੱਪਰ ਪਹਿਲੇ ਨੰਬਰ ਤੇ ਆ ਚੁੱਕੀ ਆ ਜੀ ਵੱਡੀਆਂ ਮੁਬਾਰਕਾਂ ਨੇ ਬਹੁਤ ਤਕੜਾ ਖੇਡਿਆ ਜੀ ਬਹੁਤ ਤਕੜਾ ਸੈੱਟ ਬਣਾ ਕੇ ਲੈ ਕੇ ਆਇਆ ਪੀੜੀਆਂ ਵਰਦੀਆਂ ਵਾਲੇ ਜਿੱਤ ਗਏ ਜੀ ਅੱਜ ਦੇ ਟੂਰਨਾਮੈਂਟ ਦੇ ਉੱਪਰ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਸਾਈਂ ਕਲੱਬ ਹੁਸ਼ਿਆਰਪੁਰ ਦੀ ਟੀਮ ਜਿਹੜੀ ਅੱਜ ਦੇ ਟੂਰਨਾਮੈਂਟ ਦੇ ਉੱਪਰ ਦੂਜੇ ਨੰਬਰ ਤੇ ਰਹੀ ਆ ਬਹੁਤ ਤਕੜੇ ਮੈਚ ਹੋਇਆ ਜੀ ਬਹੁਤ ਤਕੜੀਆਂ ਟੀਮਾਂ ਨੇ ਪ੍ਰਦਰਸ਼ਨ ਕੀਤਾ ਅੱਜ ਦੇ ਟੂਰਨਾਮੈਂਟ ਦੇ ਉੱਪਰ ਨਵ ਢੱਲੋਂ ਝਬਾਲ ਵਾਲੇ ਨੂੰ ਸਾਰੀ ਪ੍ਰਬੰਧਕ ਕਮੇਟੀ ਨੂੰ ਬਹੁਤ ਸਾਰੀਆਂ ਮੁਬਾਰਕਾਂ ਨੇ ਇੱਕ ਵਧੀਆ ਖੇਡ ਮੇਲਾ ਕਰਵਾਤਾ ਤੇ ਮਾਝੇ ਦੇ ਵਿੱਚ ਆਲੋਪਨ ਦੇ ਬਹੁਤ ਤਕੜੇ ਖਿਡਾਰੀ ਸੱਦ ਕੇ ਵੱਖਰਾ ਰਿਕਾਰਡ ਬਣਾ ਦਿੱਤਾ ਸੋ ਰਾਜਾ ਹੀਰਾ ਦੇ ਚੈਨਲ ਦੇ ਨਾਲ ਤੁਸੀਂ ਜੁੜੇ ਰਹੋ ਤੇ ਅਸੀਂ ਇਦਾਂ ਹੀ ਤੁਹਾਨੂੰ ਵਲੌਗ ਦਿਖਾਉਂਦੇ ਰਹਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਜੀ ਨਾਲ ਗੁਰਸੇਵਕ ਛਾੜਾ ਸਾਹਿਬ ਭਾਜੀ ਕਿਵੇਂ ਲੱਗਿਆ ਅੱਜ ਦਾ ਟੂਰਨਾਮੈਂਟ ਨਜ਼ਾਰਾ ਆਇਆ ਪੂਰਾ ਕਿਹੜੇ ਕਿਹੜੇ ਮੈਚ ਵਧੀਆ ਲੱਗੇ ਅੱਜ ਮੈਚ ਜਿਹੜਾ ਸੈਮੀ ਫਾਈਨਲ ਹੋਇਆ ਸਧਾਰਨਪੁਰ ਦੇ ਟੱਪਰੀਆਂ ਦਾ ਉਹ ਬਹੁਤ ਚੰਗਾ ਸੀ ਮੈਚ ਸਾਰੇ ਹੀ ਚੰਗੇ ਕਿਉਂਕਿ ਸਾਰੇ ਪਲੇਅਰ ਹੀ ਚੰਗੇ ਸੀ ਜਦੋਂ ਪਲੇਅਰ ਚੰਗੇ ਆ ਤੇ ਉਦੋਂ ਮੰਨ ਲਓ ਜਿਹੜਾ ਗਰਾਊਂਡ 'ਚ ਆ ਗਿਆ ਉਹ ਚੰਗਾ ਹੀ ਚੰਗਾ ਪਹਿਲਾਂ ਤਾਂ ਇੱਦਾਂ ਕਿ ਮਾਝੇ ਦੇ ਆਲ ਓਪਨ ਜਿੱਦਾਂ ਘੱਟ ਹੁੰਦੇ ਆ ਇੱਕ ਆਲ ਓਪਨ ਹੋਇਆ ਇੱਕ ਉਹ ਚੀਜ਼ ਵੱਖਰੀ ਤੇ ਪੂਰਾ ਮਤਲਬ ਵਧੀਆ ਸਵਾਦ ਆਇਆ ਪੂਰਾ ਕੀ ਬਾਤ ਹੈ ਇਹ ਗੁਰਸੇਵਕ ਛਾੜਾ ਸਾਹਿਬ ਵਾਲਾ ਛਾੜਾ ਸਾਹਿਬ ਦਾ ਕੱਪ ਕਦੋਂ ਆ ਰਿਹਾ ਜੀ 27 ਫਰਵਰੀ ਨੂੰ ਮੇਲਾ ਕਰਾਵਾਂਗੇ ਤੇ ਹਰ ਸਾਲ ਵਧੀਆ ਖੇਡ ਮੇਲਾ ਕਰਾਉਂਦਾ ਭਰਾ ਸਾਡਾ ਹਾਂ ਕਿਸੇ ਨਾਲ ਲਿਆਜ ਨੀ ਸਾਰਿਆਂ ਦੇ ਲਾਗੂ ਹੋਣਗੇ ਜੀ ਦੂਜਾ ਬੰਦਾ ਕੱਲ ਨੂੰ ਗਰਾਊਂਡ ਚ ਇਹ ਨਾ ਕਵੇ ਕਿ ਮਤਲਬ ਸਾਡੇ ਨਾਲ ਧੱਕਾ ਕੀਤਾ ਪਲੰਟੀ ਲਾਈ ਜਾਂ ਸਾਨੂੰ ਕੁਛ ਵੀ ਸਾਡਾ ਕੱਲਾ ਗਰਾਊਂਡ ਦਾ ਬਜਟ ਹੀ 40,000 ਰੁਪਏ ਦੇ ਲੱਗੇ ਆ ਕੋਈ ਪਤਾ ਕਰ ਲਿਓ ਜਾ ਕੇ ਹਾਂ ਅਕੈਡਮੀ ਵਾਲੇ ਗਰਾਊਂਡ ਚ ਮੈਚ ਹੋਣਗੇ ਜੀ ਜਿੱਦਾਂ ਅੱਗੇ ਕਮੀ ਪੇਸ਼ੀ ਰਹਿੰਦੀ ਸੀ ਆਪਣੇ ਹਨਾ ਵੀ ਹਨੇਰਾ ਹੋ ਜਾਂਦਾ ਸੀ ਟੀਮਾਂ ਜ਼ਿਆਦਾ ਪ੍ਰੈਸ਼ਰ ਬਣਾਉਂਦੀਆਂ ਜ਼ਿਆਦੀਆਂ ਐਂਟਰ ਕਰੋ ਐਤਕੀ ਲਾਈਟਾਂ ਲੱਗ ਗਈਆਂ ਉੱਥੇ ਲਾਈਟ ਦੇ ਟੈਲਰ ਦੇ ਮੈਚ ਹੁੰਦੇ ਆ ਸੱਤ ਸੱਤ ਓਵਰਾਂ ਦੇ ਸਾਰੇ ਮੈਚ ਹੁੰਦੇ ਆ ਕਿਆ ਬਾਤ ਹੈ ਕਿਆ ਬਾਤ ਚਾਹੇ ਰਾਤ ਪੈ ਜੇ ਤਾਂ ਵੀ ਮੇਲਾ ਐਂ ਚੱਲੂ ਵਾਹ ਠੀਕ ਹੈ ਜੀ ਇਹ ਗੁਰਸੇਵਕ ਭਰਾ ਤੇ ਅੱਜ ਦਾ ਮਾਝੇ ਦਾ ਖੇਡ ਮੇਲਾ ਲੋਕਾਂ ਦਾ ਵਧੀਆ ਸਭ ਲੋਕ ਨਿਬੜਿਆ ਜੀ ਸਾਰੀ ਪ੍ਰਬੰਧਕ ਕਮੇਟੀ ਵਧਾਈ ਦੇ ਪਾਤਰ ਵੱਡਾ ਧੰਨਵਾਦ ਕਰਦੇ ਹਾਂ ਨਾ ਢਿੱਲੋਂ ਝਬਾਲ ਵਾਲਾ
ਭਰਾ ਨੂੰ ਵੱਡੀ ਮੁਬਾਰਕਬਾਦ ਹੈ ਸਾਰਿਆਂ ਦੀ ਸਪੋਰਟ ਦੇ ਨਾਲ ਵਧੀਆ ਖੇਡ ਮੇਲਾ ਕਰਾਤਾ ਭਰਾ ਨੂੰ ਵੱਡੀਆਂ ਮੁਬਾਰਕਾਂ ਜੀ ਸਾਡੇ ਕਿਆ ਬਾਤ ਹੈ ਐਸਐਚਓ ਸਾਹਿਬ ਪਹੁੰਚੇ ਸੀ ਜੀ ਮੇਰੇ ਵੀਰੋ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਇਸ ਖੇਡ ਮੇਲੇ ਦੇ ਵਿਸ਼ੇਸ਼ ਤੌਰ ਤੇ ਵਿਰਦੀ ਸਾਹਿਬ ਐਸਐਚਓ ਸਾਹਿਬ ਜਿਹੜੇ ਪੁੱਜੇ ਹੋਏ ਨੇ ਮੇਰੇ ਵੀਰੋ ਵਾਹ ਵਾਹ ਜੀ